ਮਾਰਨਿੰਗ ਦੋਸਤੋ, ਮੈਂ ਕਰਮਜੀਤ ਬਾਵਾ। ਅੱਜ ਵੀਡੀਓ ਬਣਾਉਣ ਦਾ ਮਨ ਕੀਤਾ ਕਿਉਂਕਿ ਅੱਜ 10 ਅਪ੍ਰੈਲ ਆ ਔਰ 10 ਤਰੀਕ ਨੂੰ ਵੈਸਟੀ ਦੀ ਇਨਕਮ ਦੇ ਚੈੱਕ ਆਉਂਦੇ ਨੇ, ਅਤੇ ਮੈਂ ਤੁਹਾਡੇ ਨਾਲ ਇਹ ਵੀਡੀਓ ਤਾਂ ਹੀ ਬਣਾ ਰਿਹਾ ਕਿ ਅੱਜ ਤੋਂ ਅਗਰ ਮੈਂ ਆਪਣੀ ਲਾਈਫ ਦੇ ਪਿਛਲੇ 3-3.5 ਮਹੀਨਿਆਂ ਦੀ ਗੱਲ ਕਰਾਂ ਤਾਂ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਵੀਡੀਓ ਦੇ ਮਾਧਿਅਮ ਰਾਹੀਂ ਵੀ 25 ਜਨਵਰੀ ਨੂੰ ਮੈਂ ਬਿਮਾਰ ਹੋ ਗਿਆ ਸੀ ਔਰ 8 ਤੋਂ 10 ਮਾਰਚ ਤੱਕ ਮੈਂ ਕੰਮ ਨਹੀਂ ਕਰ ਪਾਇਆ। ਔਰ ਉਸ ਤੋਂ ਬਾਅਦ ਗੱਲ ਕਰਾਂ, 8 ਤੋਂ 10 ਮਾਰਚ ਤੋਂ ਬਾਅਦ ਜਦੋਂ ਮੈਂ ਰੈਗੂਲਰ ਕੰਮ ਸਟਾਰਟ ਕੀਤਾ ਤਾਂ 22 ਤਰੀਕ ਤੋਂ ਲੋਕਡਾਊਨ ਹੋ ਗਿਆ, ਬੰਦ ਹੋ ਗਿਆ, ਤਾਂ ਜਿਹਦੇ ਕਰਕੇ ਕੰਮ ਫਿਰ ਰੁਕ ਗਿਆ। ਯਾਨੀ ਕਿ 12 ਕੁ ਦਿਨ ਮੈਂ ਇਹ ਮਾਰਚ ਦੇ ਮਹੀਨੇ 'ਚ ਕੰਮ ਕੀਤਾ ਔਰ 25 ਕੁ ਦਿਨ ਮੈਂ ਜਨਵਰੀ ਦੇ ਮਹੀਨੇ 'ਚ ਕੰਮ ਕੀਤਾ ਔਰ ਟੋਟਲ 35 ਤੋਂ 37 ਮੰਥ ਬਣਦੇ ਨੇ, ਟੋਟਲ 37 ਦਿਨ ਬਣਦੇ ਨੇ। ਅਗਰ ਇਹਨਾਂ 37 ਦਿਨਾਂ ਦੇ ਕੰਮ ਦੀ ਔਰ ਇਸ ਤੋਂ 18 ਮਹੀਨੇ ਪਹਿਲਾਂ ਕੰਮ ਦੀ ਗੱਲ ਕਰਾਂ ਤਾਂ ਮੈਂ ਅੱਛਾ ਕੰਮ ਕੀਤਾ ਵੈਸਟੀਜ ਮਾਰਕੀਟਿੰਗ ਪ੍ਰਾਈਵੇਟ ਲਿਮਿਟ ਦੇ ਵਿੱਚ। ਵੈਸਟੀ ਦੇ ਵਿੱਚ ਮੈਂ ਨੈਟਵਰਕਿੰਗ ਕਰ ਰਿਹਾ ਸੀਗਾ ਔਰ 18 ਮਹੀਨੇ ਪਹਿਲਾਂ ਕੰਮ ਕੀਤਾ ਔਰ 35 ਮਹੀਨੇ ਇਸ ਸਾਲ 2020 ਦੇ ਵਿੱਚ ਕੀਤਾ। ਅਗਰ ਮੈਂ ਅੱਜ ਦੀ ਇਨਕਮ ਜੋ ਮੇਰੀ ਵੈਸਟੀਜ ਦੀ ਮਾਰਚ ਦੀ ਇਨਕਮ ਆਈ ਆ ਉਹਦੇ ਉੱਤੇ ਗੱਲ ਕਰਾਂ, 86,540 ਰੁਪਏ ਮੈਨੂੰ ਆਏ ਨੇ, 86,540 ਰੁਪਏ ਮੈਨੂੰ ਮਾਰਚ ਦੇ ਵਿੱਚ। ਅਗਰ ਇਸ ਤੋਂ ਲਾਸਟ ਮਹੀਨੇ ਦੀ ਗੱਲ ਕਰਾਂ 1,08,512 ਰੁਪਏ ਆਏ ਨੇ ਔਰ ਅਗਰ ਜਨਵਰੀ ਦੀ ਗੱਲ ਕਰਾਂ 90,000 ਰੁਪਈਏ ਤੋਂ 410 ਰੁਪਇਆ ਸੀ। ਤਾਂ ਗੱਲ ਮੈਂ ਇਹ ਕਹਿਣੀ ਚਾਹੁੰਦਾ ਵਾਂ ਕਿ ਜਦੋਂ 1.5-2 ਮਹੀਨੇ ਆਪਾਂ ਕੰਮ ਨਾ ਕਰ ਸਕੀਏ ਔਰ ਪਿਛਲੇ 100 ਦਿਨਾਂ ਦੇ ਵਿੱਚੋਂ ਸਿਰਫ 35 ਦਿਨ ਕੰਮ ਕੀਤਾ, ਯਾਨੀ ਕਿ 65 ਦਿਨ ਮੈਂ ਕੰਮ ਨਹੀਂ ਕੀਤਾ, ਤਾਂ ਵੀ ਇਸ ਕੰਪਨੀ ਨੇ ਮੈਨੂੰ ਪਿਛਲੇ 3 ਮਹੀਨਿਆਂ 'ਚ, ਅਗਰ ਇਨਕਮ ਦੀ ਗੱਲ ਕਰਾਂ ਪਿਛਲੇ 3 ਮਹੀਨਿਆਂ ਦੀ, ਤਾਂ 2,85,485 ਰੁਪਏ ਆਏ ਨੇ। ਯਾਨੀ ਇਹ 3 ਮਹੀਨਿਆਂ ਦੀ ਪਾਵਰ ਆ ਕਿ ਮੈਂ ਕੰਮ ਸਿਰਫ 35 ਦਿਨ ਕੀਤਾ ਔਰ 100 ਦਿਨਾਂ ਦੇ ਵਿੱਚ ਮੈਨੂੰ 2,85,485 ਰੁਪਏ ਆਏ। ਨੈਟਵਰਕਿੰਗ ਦੀ ਪਾਵਰ ਆ, ਵੈਸਟੀਜ ਦੀ ਪਾਵਰ ਆ। ਅਗਰ ਮੈਂ ਪਿਛਲੇ 6 ਮਹੀਨਿਆਂ ਦੀ ਗੱਲ ਕਰਾਂ, ਪਿਛਲੇ 6 ਮਹੀਨਿਆਂ 'ਚ 5,55,912 ਰੁਪਏ ਮੈਂ ਕਮਾਏ ਨੇ। ਯਾਨੀ 6 ਮਹੀਨਿਆਂ 'ਚ 5,55,912 ਰੁਪਏ ਮੈਂ ਕਮਾਏ ਨੇ। ਅਗਰ ਪਿਛਲੇ ਸਾਲ ਦੀ ਗੱਲ ਕਰਾਂ 10,17,000, ਪੂਰੇ 12 ਮਹੀਨਿਆਂ ਦੀ ਗੱਲ ਕਰਨ ਲੱਗਿਆ ਵਾਂ 10,17,288 ਰੁਪਈਏ ਕਮਾਏ ਨੇ ਮੈਂ। ਇਹ ਪਾਵਰ ਆ ਨੈਟਵਰਕਿੰਗ ਦੀ। ਔਰ 20 ਮਹੀਨਿਆਂ ਦੇ ਤਕਰੀਬਨ ਮੈਂ 15 ਲੱਖ ਰੁਪਏ ਦੇ ਕਰੀਬ 14-15 ਲੱਖ ਰੁਪਏ ਦੇ ਕਰੀਬ ਕਮਾ ਚੁੱਕਿਆ ਵਾਂ ਔਰ ਮੈਨੂੰ ਹਜੇ 20 ਮਹੀਨੇ ਹੋਏ ਨੇ। ਮੈਂ ਇੱਥੇ ਤੁਹਾਡੇ ਨਾਲ ਇਹ ਗੱਲ ਤਾਂ ਕਰ ਰਿਹਾ ਵਾਂ ਕਿ ਅੱਜ ਲੋਕਡਾਊਨ ਲੱਗਿਆ ਹੋਇਆ, ਪ੍ਰਾਈਵੇਟ ਕੰਪਨੀਆਂ ਨੇ ਤਨਖਾਹ ਦੇਣ ਤੋਂ ਮਨ੍ਹਾ ਕਰਤਾ ਵਾ, ਪ੍ਰਾਈਵੇਟ ਕੰਪਨੀਆਂ ਨੇ ਤਨਖਾਹ ਦੇਣ ਤੋਂ ਮਨ੍ਹਾ ਕਰਤਾ ਵਾ, ਲੋਕਾਂ ਨੂੰ ਤਨਖਾਹ ਮਿਲ ਨਹੀਂ ਰਹੀ, ਰੋਜ਼ਗਾਰ ਦਾ ਬੁਰਾ ਹਾਲ ਹੋਇਆ ਹੋਇਆ ਵਾ, ਤਾਂ ਉਹਨਾਂ ਦਿਨਾਂ ਦੇ ਵਿੱਚ ਵੀ ਮੈਨੂੰ ਕੰਮ ਨਾ ਕਰਨ 'ਤੇ ਇਨਕਮ ਆ ਰਹੀ ਆ। ਔਰ ਅਗਰ ਮੈਂ ਪੂਰੇ ਸਾਲ ਦੀ ਗੱਲ ਕਰ ਰਿਹਾ ਤਾਂ ਅੱਜ ਤਕਰੀਬਨ 85,000 ਤੋਂ 90,000 ਦੀ ਐਵਰੇਜ ਬਣਦੀ ਹੋਊਗੀ, ਮੈਂ ਕੈਲਕੂਲੇਸ਼ਨ ਨਹੀਂ ਕੀਤੀ, 80-85,000 ਪਰ ਮੰਥ ਮੈਂ ਕਮਾ ਰਿਹਾ ਐਵਰੇਜ। ਇਹ ਆ ਪਾਵਰ ਵੈਸਟੀਜ ਦੀ, ਇਹ ਆ ਪਾਵਰ ਨੈਟਵਰਕਿੰਗ ਦੀ। ਔਰ ਜੋਬ ਦੇ ਵਿੱਚ ਜਦੋਂ ਮੈਂ 20-25,000 ਰੁਪਇਆ ਸੈਲਰੀ ਲੈ ਰਿਹਾ ਸੀ ਤਾਂ ਉਦੋਂ ਮੈਂ ਆਪਣੇ ਘਰ ਨੂੰ ਪ੍ਰੋਪਰ ਚੰਗੀ ਤਰ੍ਹਾਂ ਚਲਾ ਨਹੀਂ ਪਾ ਰਿਹਾ ਸੀ, ਬਹੁਤ ਜ਼ਿਆਦਾ ਫੀਸਾਂ ਟਾਈਮ 'ਤੇ ਨਹੀਂ ਜਾ ਰਹੀਆਂ ਸੀ। ਅੱਜ ਇੱਕ ਮੈਂ ਹੋਂਡਾ ਅਮੇਜ਼ ਗੱਡੀ ਅਚੀਵ ਕੀਤੀ ਹੈ ਇਸ ਕੰਪਨੀ ਤੋਂ, ਅੱਜ ਹੋਂਡਾ ਅਮੇਜ਼ ਗੱਡੀ ਚਲਾ ਰਿਹਾ ਵਾਂ ਔਰ ਲਾਈਫ ਨੂੰ ਪੂਰੇ ਮਜ਼ੇ ਲੈ ਰਹੇ ਹਾਂ। ਹੈਲਥ ਦਾ ਹੈਲਥ ਹੈਗੀ ਆ, ਲਾਈਫ ਦੇ ਪੂਰੇ ਮਜ਼ੇ ਲੈ ਰਹੇ ਹਾਂ, ਲਾਈਫ ਨੂੰ ਇੰਜੋਏ ਕਰ ਰਹੇ ਹਾਂ। ਕਿਉਂ ਪੋਸੀਬਲ ਹੋਇਆ? ਕਿਉਂਕਿ ਇਸ ਕੰਪਨੀ ਦੇ ਵਿੱਚ 18 ਮਹੀਨੇ ਮਿਹਨਤ ਕੀਤੀ, ਇੱਕ ਅੱਛੀ ਟੀਮ ਬਣਾਈ, ਤਾਂ ਇਸ ਕੰਪਨੀ ਦੇ ਅੱਜ ਪੂਰੇ ਮੈਂ ਬੈਨੀਫਿਟ ਲੈ ਰਹੇ ਹਾਂ, ਮਜ਼ੇ ਲੈ ਰਹੇ ਹਾਂ ਇਨਕਮ ਦੇ। ਔਰ ਇਸ ਸਾਲ ਦਾ ਜਿਹੜਾ ਮੇਰਾ ਟਾਰਗੇਟ 3 ਲੱਖ ਰੁਪਇਆ ਹੈ, ਲੋਕਾਂ ਨੂੰ ਤਾਂ ਟੈਨਸ਼ਨ ਪਈ ਹੋਈ ਆ ਸੈਲਰੀਆਂ ਦੀ, ਜਿਹੜੇ ਲੋਕ ਜੋਬ ਕਰ ਰਹੇ ਨੇ ਉਹਨਾਂ ਨੂੰ ਤਾਂ ਪਈ ਹੋਈ ਆ ਟੈਨਸ਼ਨ ਕਿ ਉਹਨਾਂ ਦੀ ਸੈਲਰੀ ਆਊ ਕਿ ਨਹੀਂ ਆਊ, ਉਹਨਾਂ ਨੂੰ ਪੈਸੇ ਆਉਣਗੇ ਕਿ ਨਹੀਂ ਆਉਣਗੇ, ਉਹਨਾਂ ਦਾ ਕਿਵੇਂ ਘਰ ਦਾ ਖਰਚ ਚੱਲੂਗਾ। ਔਰ ਮੈਂ ਆਪਣੀ ਗੱਲ ਕਰ ਰਿਹਾ ਟਾਰਗੇਟ ਦੀ, ਮੈਂ ਜਨਵਰੀ ਦੇ ਵਿੱਚ ਟਾਰਗੇਟ ਲਿਆ ਸੀਗਾ ਕਿ ਮੈਂ 3 ਲੱਖ ਰੁਪਇਆ ਮੰਥਲੀ ਦਸੰਬਰ ਕਮਾਊਂਗਾ। ਔਰ ਮੈਂ ਅੱਜ ਲੋਕਡਾਊਨ ਲੱਗਿਆ ਹੋਇਆ, ਕੁਛ ਨਹੀਂ ਪਤਾ ਇਹ ਕਿੰਨੇ ਦਿਨ ਚੱਲੂਗਾ, ਅਪ੍ਰੈਲ ਰਹੂਗਾ, 14 ਅਪ੍ਰੈਲ ਨੂੰ ਖੁੱਲੂਗਾ ਜਾਂ ਮਈ ਵੀ ਚੱਲੂਗਾ, ਕੁਛ ਨਹੀਂ ਪਤਾ, ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਪਰ ਮੈਂ ਗੱਲ ਕੀ ਕਰ ਰਿਹਾ ਵਾਂ ਕਿ ਮੈਂ 31 ਦਸੰਬਰ ਤੱਕ 3 ਲੱਖ ਮੰਥਲੀ ਕਮਾਉਣਾ ਵਾ। ਇਹ ਪਾਵਰ ਆ ਨੈਟਵਰਕਿੰਗ ਦੀ। ਲੋਕਾਂ ਨੂੰ ਤਾਂ ਦਿਹਾੜੀਆਂ ਕਮਾਉਣ ਦੀ, ਸੈਲਰੀਆਂ ਕਮਾਉਣ ਦੀ ਟੈਨਸ਼ਨ ਪਈ ਪਈ ਆ ਕਿ ਉਹ ਆਊ ਕਿ ਨਹੀਂ ਆਊ। ਮੈਂ ਆਪਣੇ ਟਾਰਗੇਟ, ਆਪਣਾ ਗੋਲ ਨੂੰ ਅੱਜ ਦੱਸ ਰਿਹਾ ਤੁਹਾਨੂੰ।
और एक गरंटी ना 31 दिसंबर नूं मैं फिर इस तरह वीडियो बनाऊंगा तो बहुत दूर उदू पहला बहुत वीडियो बनाऊंगा तो उन्हें दसूंगा कि मैं 3 लाख मंथली कमाउन लग गया। थैंक यू, विश यू वेल्थ। मैं तो थोड़ा एक चीज़ कहूँगा कि सोचो ना, थले दिते गए नंबर पर कॉल करो और मेरे नाल बैठो, तुसी भी अज 1-1.5 लाख रुपया आराम नाल बड़ी जल्दी कमा सकते हो। अज तुसी 15-20 हज़ार 25 हज़ार तक की तनख्वाह लग के अपने आप नू अपनी पावर नू पहचान नहीं पा रहे, वो 20-25 हज़ार 15 हज़ार तुहाडे लई नहीं बने आ, वो तुहाडे लई नहीं बने आ, तुसी तां लखां रुपया कमाउण लई आ। बस ये लखां रुपया उहनू मिलना जिसने थोड़ा जिहा स्ट्रोंग फैसला लेना, जिसने थोड़ी जी मेहनत करनी और जिसने इस लाइफ नू एक्सेप्ट करना, लग्जरी लाइफ नू। अजे लग्जरी लाइफ स्टार्ट नहीं हुई, बड़ी जल्दी हो जूगी। थैंक यू, विश यू वेल्थ।